ਫਾਜ਼ਿਲਕਾ ਤੋਂ ਦੋ ਭਰਾਵਾਂ ਦਾ ਮਾਮਲਾ ਆਇਆ ਸਾਹਮਣੇ। ਛੋਟੇ ਭਰਾ ਨੇ ਕੀਤਾ ਵੱਡੇ ਭਰਾ ਦਾ ਕਤਲ, ਕੁੜੀ ਦੇ ਚੱਕਰ ਵਿੱਚ ਆ ਕੇ ਕੀਤਾ ਏਡਾ ਵੱਡਾ ਕਾਂਡ। ਜੀ ਹਾਂ, ਅਸੀਂ ਗੱਲ ਕਰਦੇ ਹਾਂ ਫਾਜ਼ਿਲਕਾ ਵਿੱਚ ਖੂਨ ਦੇ ਰਿਸ਼ਤੇ ਹੋਏ ਤਾਰ ਤਾਰ। ਕੁੜੀ ਦੇ ਚੱਕਰ ਵਿੱਚ ਵੱਡੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਛੋਟੇ ਭਰਾ ਵੱਲੋਂ। ਇੰਨਾ ਹੀ ਨਹੀਂ, ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਸਦੀ ਫੋਟੋ ਆਪਣੀ ਭੈਣ ਨੂੰ ਪਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ, ਜਿਸ ਦੇ ਚੱਕਰ ਵਿੱਚ ਦੋ ਭਰਾਵਾਂ 'ਚ ਆਪਸ 'ਚ ਅਣਬਣ ਹੋਈ, ਇਹ ਲੜਕੀ ਦੋਨਾਂ ਭਰਾਵਾਂ ਦੇ ਸੰਪਰਕ ਵਿੱਚ ਸੀ, ਜਿਸ ਨੂੰ ਲੈ ਕੇ ਦੋਨਾਂ ਭਰਾਵਾਂ ਵਿੱਚ ਵਿਵਾਦ ਹੋ ਗਿਆ। ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਮਾਮਲਾ ਕਤਲ ਤੱਕ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਦੋਨੇ ਭਰਾ ਨਸ਼ੇ ਦੀ ਹਾਲਤ ਵਿੱਚ ਸੀ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਦਾ ਰੋ ਰੋ ਕੇ ਬੁਰਾ ਹਾਲ। ਪਰਿਵਾਰ ਵੱਲੋਂ ਮ੍ਰਿਤਕ ਦੀ ਦੇਹ ਦਾ ਸੰਸਕਾਰ ਕਰ ਦਿੱਤਾ ਗਿਆ। ਛੋਟਾ ਭਰਾ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ। ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਕੁੜੀ ਕਰਕੇ ਹੀ ਹੋਇਆ, ਉਹਨਾਂ ਨੂੰ ਲੱਗਿਆ ਵੀ ਹਾਂ ਵੀ ਇਹਦਾ ਰਿਲੇਸ਼ਨ ਜਿਹੜਾ ਹੈਗਾ ਅਦਰ ਮੇਰੇ ਬ੍ਰਦਰ ਨਾਲ ਵੀ ਚੱਲਦਾ ਵੇ, ਛੋਟੇ ਬ੍ਰਦਰ ਨਾਲ। ਤੇ ਉਹ ਕੁੜੀ ਜਿਹੜੀ ਹੈਗੀ ਸੀਗੀ ਉਹ ਵੀ ਇਹ ਚਾਹੁੰਦੀ ਸੀ, ਮੇਰੇ ਛੋਟੇ ਬ੍ਰਦਰ ਨੂੰ ਲਾਈਕ ਕਰਦੀ ਸੀਗੀ। ਬਈ ਬ੍ਰਦਰ ਵੱਲੋਂ ਇਹ ਕੁਛ ਹੈਗਾ ਨਹੀਂ ਸੀ, ਉਹਨੇ ਬਹੁਤ ਜ਼ਿਆਦਾ ਸਮਝਾਇਆ, ਪਰ ਉਹਦੇ ਇਹ ਸੀਗੇ ਵੀ ਉਹ ਕੁੜੀ ਮੈਨੂੰ ਛੱਡ ਕੇ ਚਲੀ ਜਾਊਗੀ। ਬਸ ਇਹ ਕੁੜੀ ਦਾ ਹੀ ਮੈਟਰ ਹੈ ਜ਼ਿਆਦਾਤਰ। ਅਸੀਂ ਇਸ ਟਾਈਮ ਕਰੇ ਹਾਂ ਪੈਰੋ ਵਾਸਤੇ। ਇੱਥੇ ਦੋ ਭਰਾਵਾਂ 'ਚ ਆਪਸੀ ਤਕਰਾਰ ਹੋਇਆ ਸੀਗਾ, ਜਿਹਦੇ ਵਿੱਚ ਇੱਕ ਦੀ ਡੈਥ ਹੋ ਗਈ। ਮੌਕੇ 'ਤੇ ਦੇਖ ਲਿਆ ਹੈਗਾ, ਫੋਰੈਂਸਿਕ ਟੀਮ ਆਈ ਸੀਗੀ, ਮੌਕਾ ਦੇਖਿਆ ਗਿਆ, ਅੱਗੇ ਦੀ ਕਾਰਵਾਈ ਕਰ